ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੰਜ ਗਰਾਈ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੁੰਨ ਭਲਵਾਨ ਹੋਣਾ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚ 1 ਸੂਈਅਰ, 2 ਤੁਹਾਨੂੰ ਗੱਭਣਾ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਵੀਰਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਬਾਕੀ ਇਕੱਲਾ ਇਕੱਲਾ ਪਸ਼ੂ ਤੁਹਾਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਤੋਰ ਕੇ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ, ਤੁਸੀਂ ਸੁਣਾਓ, ਠੀਕ ਠਾਕ? ਸਭ ਵਧੀਆ ਜੀ। ਹਾਂਜੀ ਹਾਂਜੀ। ਤੇ ਨਾਮ ਦੱਸਦੇ ਕਰੀ ਆਪਣਾ? ਨਾਮ ਮੇਰਾ ਸੋਨੂੰ ਪਹਿਲਵਾਨ ਜੀ। ਹਾਂਜੀ। ਪਿੰਡ ਪੰਜ ਗਰਾਈਆਂ, ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਜੀ। ਤੇ ਫੋਨ ਨੰਬਰ ਬੋਲਦੇ ਕਰੀ? 9781897029। ਠੀਕ ਹੈ ਜੀ। ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਸੂਈ ਆ, ਇਹਦੇ ਤੋਂ ਹੀ ਆਪਾਂ ਕਰ ਲੈਣੀ। ਕਿੰਨਵਾਂ ਸੂਆ ਜੇ ਦਾ? ਇਹ ਵੀਰ ਜੀ ਦੂਜਾ ਸੂਆ ਸੂਈ ਹੈ। ਅੱਛਾ। ਹਾਂਜੀ ਹਾਂਜੀ। ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ? ਇਹਨੂੰ ਹਫ਼ਤਾ ਹੀ ਹੋ ਗਿਆ ਵੀਰ ਜੀ ਸੂਈ ਨੂੰ। ਹਫ਼ਤਾ ਹੋ ਗਿਆ ਸੂਈ ਨੂੰ? ਸਾਡੇ ਕੋਲ ਰਾਤੀ ਆਈਆਂ ਜੀ। ਅੱਛਾ। ਹਾਂਜੀ। ਤੇ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ? ਦੁੱਧ ਵੀਰ ਜੀ ਬੱਚੇ ਦਾ ਪਾ ਕੇ ਜੇ 14 ਹੋ ਜੇ, 15 ਹੋ ਜੇ। ਅੱਛਾ, ਤਿਆਰ ਜੇ? ਤਿਆਰ ਹੈ ਜੀ, ਮੇਰੇ ਘਰ ਆਣ ਕੇ 4 ਟਾਈਮ ਚੋ ਕੇ ਖੜੇ। ਘਰੋਂ ਚਵਾ ਕੇ ਦੋਗੇ? ਚਵਾ ਕੇ ਦਵਾਂਗੇ, ਜਿਹੜਾ ਹੁਣ ਮੌਕੇ ਦਾ ਜੀ। ਅੱਛਾ। ਹਾਂਜੀ ਹਾਂਜੀ। ਤੇ ਕਿੰਨਾ ਕੁ ਚਵਾਈ ਜਾਊਗੀ ਇਹ? ਘਰ ਵਾਲਿਆਂ ਨੇ ਪਹਿਲੇ ਸੂਏ ਦੇ 17-18 ਕਿਲੋ ਚਵਾਇਆ। ਅੱਛਾ। ਚਲੋ ਜਿਸ ਤਰ੍ਹਾਂ ਦਾ ਲੇਵਾ ਲੂਆ ਭਾਂਡੇ ਵਾਲੀ ਹੈ, ਇਹਨਾਂ ਦੇ ਚਵਾਊਗੀ 17-18 ਕਿਲੋ ਦੇ ਚਵਾਊ ਕਰ ਮਾਰ ਕੇ। ਲਿਆ ਫਿਰ ਤੋਰੀ ਹੈ। ਮਗਰ ਵੀ ਇਹਦੇ ਵੱਛੀ? ਵੱਛੀ, ਮਗਰ ਵੱਛੀ ਬਹੁਤ ਚੰਗੀ ਜੀ। ਵੱਛੀ ਬੜੀ ਸੋਹਣੀ ਹੈ ਇਹਦੇ ਮਗਰ। ਬਾਕੀ ਤਾਜ਼ੀ ਸੂਈ ਆ, ਜੇ ਬਹੁਤ ਦਿਨ ਨਹੀਂ ਹੋਏ ਸੂਈ ਨੂੰ, ਬੱਚੇ ਦਾ ਥੋੜ੍ਹਾ ਜਿਹਾ ਵੱਧ ਕਰਦੀ ਹੈ। 14-15 ਲੀਟਰ ਮੌਕੇ 'ਤੇ ਜਿਹੜਾ ਇਹਦੇ ਕੋਲ ਤਿਆਰ ਦੱਸਦੇ। ਆ ਜਾ ਲਿਆ ਵੀਰ ਜੀ। ਬਾਕੀ ਕਾਲੀ ਜਰਸੀ ਆ ਜਿਹੜੀ, ਬੱਚੇ ਵੱਲ ਥੋੜ੍ਹਾ ਜਿਹਾ ਤੇਜ਼ ਜਾਂਦੀ ਹੈ। ਹਾਂ ਦੇਖ ਸਕਦੇ, ਬਾਕੀ ਹਵਾਨਾ ਇਹਦਾ ਲਾਗੇ ਤੋਂ, ਸੁਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ। ਤੇ ਦੁੱਧ ਵੀਰ ਜੀ ਫਿਰ 14-15 ਲੀਟਰ ਮੌਕੇ ਤੇ ਚਵਾ ਦੋਗੇ? ਚਵਾ ਕੇ ਦਵਾਂਗੇ ਵੀਰ ਜੀ, ਮੇਰੇ ਘਰ ਆਣ ਕੇ 4 ਟਾਈਮ ਚੋ ਕੇ ਖੜੇ ਵੀਰ ਭਰਾ ਜਿਹਨੇ ਵੀ ਲੈਣੀ। ਤੇ ਕੀ ਰੱਖੀਏ ਇਹਦਾ ਮੁੱਲ ਫਿਰ ਆਪਾਂ? ਮੁੱਲ ਵੇਖ ਲਓ ਜਿੰਨੇ ਦੀ ਹੈਗੀ ਹੈ ਕਰ ਲਓ। ਕਿੰਨੇ ਦੀ ਕਰ ਦਈਏ? ਦੇ ਦਈਏ 45 ਦੀ ਜੇ ਹੈਗੀ ਕਸਰ ਤੇ ਕੱਢ ਦਿਓ। ਤੁਸੀਂ ਕੱਢ ਦਿਓ ਕਿੰਨੀ ਕਸਰ ਹੈ? ਕਰ ਦਈਏ 43 ਦੀ ਫਿਰ। 40,000 ਦੀ ਵੀਰ ਜੀ ਦੇ ਦਾਂਗੇ। ਅੱਛਾ, ਪੂਰੇ ਹੋਰ ਛੱਡ ਦਿੰਦੇ 40 ਦੀ? ਹਾਂ ਨਾ ਜੀ, ਇਹਦੇ 'ਚੋਂ ਛੋਟ ਹੀ ਹੋਊਗੀ। ਅੱਛਾ, ਹਾਂਜੀ ਹਾਂਜੀ, ਠੀਕ ਹੈ, 40,000 'ਚ ਛੋਟ ਕਰ ਦਿਓ? ਛੋਟ ਕਰਾਂਗੇ ਜੀ। ਠੀਕ ਹੈ ਜੀ। ਤੇ ਹੁਣ ਜਿਹੜੀ ਆ ਦੂਸਰੇ ਨੰਬਰ 'ਤੇ ਆ ਗੱਭਣ ਆ ਜਿਹੜੀ, ਇਹਨੇ ਕਿੰਨਵਾਂ ਸੂਆ ਸੂਣਾ ਜੇ? ਇਹਨੇ ਵੀ ਦੂਸਰਾ ਸੂਆ ਸੂਣਾ ਜੀ। ਦੂਸਰਾ ਸੂਆ ਸੂਣਾ ਆ। ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ? ਇਹ ਘਰ ਵਾਲਿਆਂ ਦੇ 14 ਕਿਲੋ ਇਹਦੇ ਥੱਲੇ ਪਹਿਲੇ ਸੂਏ ਚੋਇਆ ਜੀ। ਅੱਛਾ, ਹਾਂਜੀ, ਇਹਨਾਂ ਦੇ ਕਰੂਗੀ 14-15 ਕਿਲੋ ਦੇ, ਹੱਸ ਕੇ ਕਰੂਗੀ ਨਾ, ਕੱਦ ਵਜਣ ਵਾਲੀ ਆ। ਲਿਆ ਤੋਰ ਦਈਏ ਫਿਰ ਇਹਨਾਂ ਨੂੰ। ਉਸ ਤਰ੍ਹਾਂ ਜਰਸੀਆਂ ਦੇ ਹਿਸਾਬ ਨਾਲ ਲਾਈਏ ਤੇ ਕੱਦ ਕਾਠੇ ਦਾ ਚੰਗਾ ਚੰਗੀ ਤਿਆਰ ਹੋਣਾ ਵਾ ਇਹਨਾਂ ਥੱਲੇ। ਲੈ ਆ ਵੀ ਪੰਦਰਾਂ ਲੀਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ, ਹਵਾਨੇ 'ਤੇ ਵੀ ਲਾੜਾਂ ਜਿਹੜੀਆਂ ਇਹਦੇ ਚੰਗੀਆਂ। ਅਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ? ਇਹ ਦੇ ਦਈਏ 35,000 ਦੀ ਜੀ। 35,000 ਦੀ? ਕੀ ਕਰ ਦਈਏ ਵਿੱਚ ਮਾਨਤਾ ਨਾ? ਦੱਸ ਦਿਓ ਜਿੰਨਾ ਤੁਸੀਂ ਕਰਨਾ ਕਰ ਦਿਓ। 2,000 ਕਰ ਦਈਏ ਫਿਰ? 32,000 ਦੀ ਵੀਰ ਜੀ ਦੇ ਦਾਂਗੇ। ਅੱਛਾ, 1,000 ਹੋਰ ਛੱਡ ਦੋਗੇ? 32,000 ਦੀ ਦੇ ਦਾਂਗੇ। 32,000 ਦੀ ਦੇ ਦਾਂਗੇ ਜੀ। ਠੀਕ ਹੈ ਜੀ, ਠੀਕ ਹੈ। ਅਤੇ ਹੁਣ ਜਿਹੜੀ ਇਹ ਕੰਢ 'ਤੇ ਆ,
ਉਹਦੇ ਬਾਰੇ ਦੱਸਿਓ ਤਾਂ ਕਿੰਨਾ ਸੂਆ ਜੀ? ਉਹ ਵੀ ਦੂਸਰਾ ਸੂਆ ਸੁਣੀ ਦਿੱਤੀ। ਠੀਕ ਹੈ ਜੀ, ਹਾਂਜੀ ਖੁੱਲ ਗਿਆ ਫਿਰ ਉਹਨੂੰ ਵੀ ਤੋਰੋ ਖੁੱਲ ਗਿਆ ਤੇ ਉਹ ਕਿੰਨਾ ਕੁ ਲੈ ਜੀ ਟਾਈਮ? ਉਹ ਇਕੱਠੀਆਂ ਸੁਣ ਗਿਆ ਵੀ ਜੀ, ਹਫ਼ਤੇ ਦੇ ਵਿੱਚ ਵੀ ਸੂ ਪੈਣਗੀਆਂ। ਅੱਛਾ ਹਾਂਜੀ, ਤੇ ਉਹ ਕਿੰਨਾ ਕੁ ਦੁੱਧ ਵਾਲੀ ਜੇ? ਉਹਨੇ ਘਰ ਵਾਲੇ ਕਹਿੰਦੇ ਸੀ 10 ਕਿਲੋ ਚੋਇਆ ਜੇ ਪਹਿਲੇ ਸੂਏ। ਅੱਛਾ ਚਲੋ 10 ਕਿਲੋ ਕਰੀ ਜਾਵੇ 7 ਵਜੇ ਦੇ ਹਿਸਾਬ ਨਾਲ। ਠੀਕ ਆ ਹਾਂਜੀ, ਬਾਕੀ ਛੋਟੇ ਛੋਟੇ ਸਿੰਗ ਜਿਹੜੇ ਇਹਦੇ ਹੈਗੇ ਬਿਲਕੁਲ ਛੋਟੇ ਛੋਟੇ। ਬਾਕੀ ਇਹਦਾ ਕੱਦ ਬਹੁਤਾ ਉੱਚਾ ਨਹੀਂ, ਨੋਰਮਲ ਜਿਹਾ ਕੱਦ ਹੈ ਇਹਦਾ। ਲਿਆ ਵੀਰ ਜੀ, ਬਾਕੀ ਹਵਾਨਾ ਇਹਨੇ ਆਪਣੇ ਕੱਦ ਦੇ ਹਿਸਾਬ ਨਾਲ ਵਧੀਆ ਤਿਆਰ ਕਰਨਾ ਹੈ। ਕਾਫੀ ਢਿੱਲਾ ਢਿੱਲਾ ਵਾ ਹਵਾਨੇ ਢਿੱਲੇ। ਤੇ ਇਹਦਾ ਵੀਰ ਜੀ ਕੀ ਰੱਖੀਏ ਫਿਰ ਆਪਾਂ ਮੁੱਲ? ਇਹਦਾ ਤੁਸੀਂ ਦੱਸ ਦਿਓ ਵੀਰ ਜੀ ਕਿੰਨੇ ਦੀ ਕਰ ਦਈਏ? ਤੁਸੀਂ ਦੱਸ ਦਿਓ ਜਿੰਨੇ ਦੀ ਹੈਗੀ, ਤੁਸੀਂ ਆਪੇ ਪੱਕੀ ਦੱਸ ਦਿਓ ਵੀ ਇੰਨੇ ਦੀ ਦੇ ਦਿਓ। ਤੁਸੀਂ ਕਰਨਾ ਜਾਇਜ਼ ਆ, ਮੈਂ ਕੀ ਕਰਨਾ, ਤੁਸੀਂ ਦੱਸ ਦਿਓ ਜੀ ਜਿੰਨੇ ਦੀ ਹੈਗੀ। ਦੇ ਦਈਏ 30 ਉਹਦੇ ਲਾਗੇ ਬੰਨੇ। ਨਹੀਂ 30 ਤੋਂ ਅੰਦਰ ਹੀ ਦੇਵਾਂਗੇ। ਕਿੰਨੇ ਦੀ? 28 ਦੀ? ਨਾ 25,000 ਦੀ ਦੇ ਦਾਂਗੇ। ਅੱਛਾ 25,000 ਦੀ? ਹਾਂਜੀ। ਤੇ ਮੌਕੇ ਤੇ ਛੋਟ ਛਾਟ ਹੋਰ ਕਰ ਦੋਗੇ? ਕਰਾਂਗੇ ਛੋਟ, 24,000 ਦੀ ਦੇ ਦਾਂਗੇ ਵੀਰ ਜੀ। ਅੱਛਾ 24,000 ਦੀ, 24,000 ਦੀ ਦੇ ਦਾਂਗੇ। ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ ਫਿਰ? ਬਸ ਠੀਕ ਹੈ ਵੀਰ ਜੀ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਜਿਹੜੀਆਂ ਵਾ ਦੋਵੇਂ ਗੱਬਣਾ ਵਾ ਇੱਥੇ ਆ ਕੇ ਪਾਸ ਕਰਕੇ ਖੜੋ, ਤੇ ਜਿਹੜੀ ਸੂਈ ਆ ਉਹਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਵੇਖ ਕੇ ਫੇਰੀ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।